ਕਿਹਦੇ ਜੀ ਧੌਣਵੜ ਚੜੀ ਹਾਂਜੀ ਧੌਣਵੜ ਕਿਹਦੇ ਜੀ ਧੌਣਵੜ ਚੜੀ ਹਾਂਜੀ ਧੌਣਵੜ ਗੁਰਦਾਸਪੁਰ ਚ ਉਸ ਵੇਲੇ ਸਨਸਨੀ ਦਾ ਮਾਹੌਲ ਬਣ ਗਿਆ ਜਦੋਂ ਝਾੜੀਆਂ ਵਿੱਚੋਂ 22 ਸਾਲਾਂ ਦੇ ਮੁੰਡੇ ਦੀ ਸਿਰ ਕੱਟੀ ਲਾਸ਼ ਮਿਲੀ। ਸੰਦੀਪ ਸਿੰਘ 2 ਦਿਨ ਪਹਿਲਾਂ ਦਾ ਘਰੋਂ ਗਾਇਬ ਸੀ ਤੇ ਪਰਿਵਾਰ ਨੇ ਸੰਦੀਪ ਸਿੰਘ ਦੇ ਕਤਲ ਦਾ ਸ਼ੱਕ ਜਤਾਇਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਕੀ ਲੱਗਦਾ ਤੁਹਾਡਾ? ਮੇਰਾ ਭਰਾ ਹੈ। ਕੀ ਨਾਮ ਦਾ? ਸੰਦੀਪ ਸਿੰਘ। ਇਹਦਾ ਜੀ ਧੌਣਵੜ ਚੜੀ। ਹਾਂਜੀ ਧੌਣਵੜ। ਸ਼ੱਕ ਕਿਸ 'ਤੇ? ਜਾਣ ਪਛਾਣ ਦੇ ਮੈਲ ਬਾਹਰੋਂ ਆਇਆ ਤੁਹਾਨੂੰ। ਅੱਛਾ। ਮੈਨੂੰ ਪਤਾ ਨਹੀਂ ਕਹਿੰਦਾ ਬਿੰਦਾ ਕੀ ਹਿਸਾਬ ਦਾ। ਸੰਦੀਪ ਸਿੰਘ ਪਰਸੋਂ 18 ਤਰੀਕ 2 ਵਜੇ ਤੋਂ ਘਰੋਂ ਗਿਆ ਅਤੇ ਉਹਦੀ ਭਾਲ ਕਰਦੇ ਰਿਹਾ ਪਰਿਵਾਰ। ਜਦੋਂ ਰਾਤ ਨੂੰ ਘਰ ਨਹੀਂ ਪਹੁੰਚਾ, ਪਰਿਵਾਰ ਨੇ ਭਾਲ ਕੀਤੀ ਆ। ਕੱਲ੍ਹ ਵੀ ਦਿਨੇ ਕੋਈ ਆਪਣੇ ਪਿੰਡ ਦੇ 20-25 ਲੋਕ ਜਿਹੜੇ ਸੀਗੇ ਉਹ ਇਕੱਠੇ ਹੋ ਕੇ ਕਮਾਦਾਂ ਕਮੂਦਾਂ 'ਚ ਅਤੇ ਪਰਲੇ ਪਾਸਿਓਂ ਜਿਹੜੀ ਨਹਿਰ ਸੀ ਉਹਨੂੰ ਫੋਲਦੇ ਰਹੇ ਆ ਅਤੇ ਇਹਦਾ ਨਹੀਂ ਰਾਤ ਤੱਕ ਪਤਾ ਲੱਗ ਸਕਿਆ। ਅੱਜ ਫਿਰ ਸਵੇਰੇ 10 ਵਜੇ ਤੋਂ ਇਹਨਾਂ ਨੇ ਉਹਦੀ ਪੜਚੋਲ ਸ਼ੁਰੂ ਕੀਤੀ ਅਤੇ 3 ਵਜੇ ਦੇ ਕਰੀਬ ਇੱਥੇ ਦੀ ਪਹਿਲੋਂ ਬੂਟ ਮਿਲਿਆ ਇਹਨਾਂ ਨੂੰ ਨਹਿਰ ਦੀ ਪਟੜੀ 'ਤੇ। ਉਹ ਤੋਂ ਬਾਅਦ ਫਿਰ ਜਿਹੜੀ ਆ ਇਹ ਲਾਸ਼ ਮਿਲ ਗਈ ਆ ਉੱਥੋਂ 100 ਗਜ਼ ਦੂਰ ਬੂਟ ਤੋਂ ਅਤੇ 3 ਵਜੇ ਫਿਰ ਪੁਲਿਸ ਨੂੰ ਇਨਫੋਰਮ ਕੀਤਾ। ਉਹਦੇ ਬਾਅਦ 'ਚ ਪਿੰਡ ਪਤਾ ਜਿੱਦਾਂ ਜਿੱਦਾਂ ਲੱਗਾ ਉੱਦਾਂ ਉੱਦਾਂ ਫਿਰ ਸਾਰੇ ਲੋਕ ਇੱਥੇ ਇਕੱਠੇ ਹੋ ਕੇ ਆਏ ਨੇ। ਹੁਣ ਦੇਖਦੇ ਹਾਂ, ਪਰਿਵਾਰ ਤੋਂ ਵੀ ਪਤਾ ਲੈਂਦੇ ਹਾਂ ਕਿ ਉਹਨਾਂ ਨੂੰ ਕੋਈ ਇਹਦੇ ਬਾਰੇ 'ਚ ਕੀਤੇ ਸ਼ੱਕ ਆ ਕੀ ਗੱਲ ਆ ਅਤੇ ਜੋ ਪੁਲਿਸ ਆਪਣੀ ਕਾਰਵਾਈ ਕਰੂਗੀ ਉਹਦੇ ਮੁਤਾਬਕ ਚੱਲਾਂ। ਆਪਣੇ ਸੰਦੀਪ ਸਿੰਘ ਸਨ ਆਫ ਬਲਵਿੰਦਰ ਸਿੰਘ ਦੀ ਅਜੇ ਡੈੱਡ ਬੋਡੀ ਮਿਲੀ ਆ। ਇਹਨਾਂ ਦੇ ਵਾਰਸਾਂ ਨੇ ਹੀ ਆ ਕੇ ਇਨਫੋਰਮੇਸ਼ਨ ਦਿੱਤੀ ਆ ਵੀ ਸਾਡੇ ਬ੍ਰਦਰ ਦੀ ਜਿਹੜੇ ਡੈੱਡ ਬੋਡੀ ਇੱਥੇ ਪਈ ਆ। SHO ਸਾਹਿਬ ਆਏ ਆ ਮੌਕੇ 'ਤੇ, ਮੈਂ ਪਹੁੰਚਿਆ, SCS ਸਟਾਫ ਦੇ ਆਏ ਆ। ਬਾਕੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਾਂਚ ਕਰ ਰਹੇ ਹਾਂ ਵੀ ਕਿਸ ਕਾਰਨ ਇਹਦੀ ਮੌਤ ਹੋਈ ਹੋਊਗੀ ਅਤੇ ਜੋ ਵੀ ਤੱਥ ਹੋਗੇ ਜਾਂ ਕਿਸੇ ਨੇ ਮਰਡਰ ਜੇ ਕੀਤਾ ਆ ਵੀ ਇਹਨੂੰ ਪ੍ਰੋਪਰ ਇਨਵੈਸਟੀਗੇਟ ਕਰਕੇ ਸਹੀ ਤੱਥ ਜਿਹੜੇ ਆ ਉਹ ਮੂਹਰੇ ਲਿਆਂਦੇ ਜਾਣਗੇ। SSP ਸਾਹਿਬ ਦੀ ਗਾਈਡਲਾਈਨ ਦੇ ਮੁਤਾਬਿਕ ਗਾਂ ਦੀ ਗਾਂ ਇਹ ਇਨਵੈਸਟੀਗੇਸ਼ਨ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ।